ਹਰਨੇਕ ਸਿੰਘ ਭਲਮਾ ਜਿਹੜਾ ਜਸਨ ਦੀ ਕੰਸਟੀਕਲ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਤੋਂ ਅੱਜ ਅਸੀਂ ਕੌਮੀ ਮੋਰਚੇ ਦੇ ਸੁਨੇਹੇ 'ਤੇ ਮੰਗ ਪੱਧਰ ਦਿੱਤਾ ਐਮ ਐਲ ਏ ਸਾਹਿਬ ਤਾਂ ਕਿ ਇਹਨਾਂ ਨੂੰ ਇਹ ਧਿਆਨ 'ਚ ਲੈਂਦੇ ਗੱਲ ਵੀ ਪਹਿਲੀਆਂ ਸਰਕਾਰਾਂ ਮੰਗ ਕਿਤੇ ਉਹੀ ਗੱਲ ਨਾ ਹੋਵੇ ਵੀ ਜਿਹੜਾ ਮੋਰਚਾ ਲੱਗਿਆ ਵਾ ਉਹਦੀਆਂ ਮੰਗਾਂ 'ਤੇ ਅਮਲ ਕੀਤਾ ਜਾਵੇ ਔਰ ਕੌਮ ਨੂੰ ਬੰਦੀ ਸਿੰਘਾਂ ਨੂੰ ਗ੍ਰੰਥ ਸਾਹਿਬ ਨੂੰ ਇਨਸਾਫ ਦਵਾਇਆ ਜਾਵੇ ਇਹ ਪੁਰਜੋਲ ਹਮੀ ਭਰੀਆ ਵੀ ਅਸੀਂ ਕਰਾਂਗੇ। ਜੇਕਰ ਨਹੀਂ ਹੁੰਦੀ ਤਾਂ ਅਗਲੀ ਰਣਨੀਤੀ ਕੀ ਰਹੇਗੀ ਤੁਹਾਡੀ? ਦੇਖੋ ਅਗਲੀ ਰਣਨੀਤੀ ਜਿਹੜੀ ਹੈ ਨਾ ਇਹ ਕੌਮੀ ਮੋਰਚੇ ਕੋਲ ਹੈ, ਅਸੀਂ ਤਾਂ ਸਮਰਪਿਤ ਹੈ, ਜੋ ਕੁਛ ਕਹਿਣਾ ਸੀ ਉਹ ਪ੍ਰਚਾਰ ਕਰਾਂ। ਮੰਗ ਦੇ ਵਿੱਚ ਤੁਸੀਂ ਕੀ ਕੁਛ ਲਿਖਿਆ ਕਿ ਉਹ ਆਪਣੇ ਤੌਰ 'ਤੇ ਕੀ ਕੁਛ ਕਰਨ? ਇੱਕ ਤਾਂ ਜਿਹੜੇ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹ ਰਿਹਾ ਹੋਣ, ਜਾਂ ਗ੍ਰੰਥ ਸਾਹਿਬ ਦੀ ਬੇਅਬਦੀ ਹੋਈ ਹੈ ਉਹਦਾ ਇਨਸਾਫ ਮਿਲੇ, ਦੋਸ਼ੀਆਂ ਨੂੰ ਸਜ਼ਾ ਮਿਲੇ, ਔਰ ਜਿਹੜੇ ਬਾਕੀ ਸਰੂਪ ਜਿਹੜੇ ਗੁੰਮ ਹੋਏ ਨੇ ਉਹਨਾਂ ਦਾ ਆਪਣਾ ਇਨਸਾਫ ਮਿਲੇ। ਇਹ ਚਾਰ ਮੰਗਾਂ ਜਿਹੜੀਆਂ ਹੈਗੀਆਂ ਕੌਮੀ ਮੋਰਚੇ ਦੀਆਂ ਉਹ ਸਾਨੂੰ ਉਹਨਾਂ ਪਰ ਅਮਲ ਹੋਣਾ ਚਾਹੀਦਾ। ਤੁਸੀਂ ਇਹਨਾਂ ਨੇ ਇਹ ਵੀ ਮੰਗ ਕੀਤੀ ਕਿ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਨੂੰ ਚੱਕਣ? ਉਸੇ ਕਰਕੇ ਤਾਂ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਣ ਕਰਕੇ ਇਹਨਾਂ ਨੂੰ ਜ਼ੋਰ ਦੇ ਕੇ ਰੱਖਿਆ ਵੀ ਉੱਥੇ ਸਾਡੇ ਮੰਗਾਂ ਨੂੰ ਉੱਥੇ ਉਭਾਰ ਦਿਆਂ ਚਾਹੋ, ਇਹਨਾਂ ਪਰ ਅਮਲ ਹੋਵੇ, ਇਹਨਾਂ ਪਰ ਲੋਕਾਂ ਨੂੰ ਸਾਮ। ਆਪ ਮੋਰਚੇ ਦੀ ਦਿੱਤੇ ਗਏ ਸੱਦੇ ਦੇ ਅਨੁਸਾਰ ਜਿਹੜੀਆਂ ਉਹਨਾਂ ਦੀਆਂ ਚਾਰ ਮੰਗਾਂ ਨੇ ਉਹਨਾਂ ਮੰਗਾਂ 'ਤੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦਾ ਇਨਸਾਫ, ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ, ਇਹਨਾਂ ਮੰਗਾਂ ਲਈ ਅਸ ਸਾਡੇ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਨੇ ਲਖਵੀਰ ਸਿੰਘ ਜੀ ਰਾਏ ਉਹਨਾਂ ਦੇ ਦਫ਼ਤਰ 'ਤੇ ਆ ਕੇ ਜਿਹੜੇ ਉਹਨਾਂ ਦੇ ਜ਼ਿੰਮੇਵਾਰ ਬੰਦੇ ਨੇ ਅਮਰਿੰਦਰ ਸਿੰਘ ਮੜੋਫਲ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ। ਕੀ ਮੰਗ ਕੀ ਕਰਦੇ ਹੋ ਤੁਸੀਂ ਉਹਦੇ ਵਿੱਚ? ਅਸੀਂ ਮੰਗ ਕਰਦੇ ਹਾਂ ਵੀ ਜਿਹੜੀਆਂ ਉਹ ਸਾਡੀਆਂ ਮੰਗਾਂ ਨੇ ਉਹ ਜਾ ਕੇ ਉੱਥੇ ਸਾਡੀ ਆਵਾਜ਼ ਨੂੰ ਇਹਨਾਂ ਮੰਗਾਂ ਵਾਸਤੇ ਬੁਲੰਦ ਕਰ ਲਈਏ। ਅੱਜ ਅਸੀਂ ਜੋ ਕੌਮੀ ਇਨਸਾਫ ਮੋਰਚੇ ਦੀ ਕੌਲ ਸੀ ਕਿ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਜੋ ਸਾਡੇ ਵਿਧਾਨ ਸਭਾ ਦੇ ਮੈਂਬਰ ਸਾਹਿਬਾਨ ਨੇ, ਐੱਮ ਐੱਲ ਏ ਸਾਹਿਬਾਨ, ਔਰ ਉਸ ਤੋਂ ਬਾਅਦ ਜੋ ਜਿੰਨੇ ਵੀ ਸਾਡੇ ਸੰਸਦ ਮੈਂਬਰ ਨੇ, ਮੈਂਬਰ ਪਾਰਲੀਮੈਂਟ, ਉਹਨਾਂ ਨੂੰ ਜੋ ਜਿਹੜਾ ਇੱਕ ਮੰਗ ਪੱਤਰ ਜੋ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਸਾਰੇ ਪੰਜਾਬ ਵਿੱਚ ਦੇਣ ਦੀ ਕੌਲ ਕੀਤੀ ਗਈ ਸੀ, ਅੱਜ ਸਮੁੱਚੇ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਨੇ, ਕਿਸਾਨ ਯੂਨੀਅਨ ਦੇ ਸਾਡੇ ਆਗੂ ਸਾਹਿਬਾਨ, ਸਾਰੇ ਵਰਕਰ ਸਾਹਿਬਾਨ, ਇਲਾਕਾ ਨਿਵਾਸੀਆਂ ਨੇ, ਸਾਰਿਆਂ ਨੇ ਅੱਜ ਮਿਲ ਕੇ ਫਤਿਹਗੜ੍ਹ ਸਾਹਿਬ ਹਲਕੇ ਦੇ ਐੱਮ ਐੱਲ ਏ ਸਾਹਿਬ ਲਖਵੀਰ ਸਿੰਘ ਰਾਏ ਦੇ ਦਫ਼ਤਰ ਦੇ ਵਿੱਚ ਜਿਹੜਾ ਮੰਗ ਪੱਤਰ ਦਿੱਤਾ। ਔਰ ਮੈਂ ਸਮਝਦਾ ਸਾਡੀ ਜੋ ਕੌਮੀ ਇਨਸਾਫ ਮੋਰਚੇ ਸਮੁੱਚੇ ਪੰਜਾਬੀਆਂ ਦੀ ਜੋ ਮੰਗਾਂ ਨੇ ਉਹਨਾਂ ਮੰਗਾਂ ਨੂੰ ਜੋ ਸਾਡੇ ਮਾਨਯੋਗ ਐੱਮ ਐੱਲ ਏ ਸਾਹਿਬਾਨ ਨੇ, ਸਾਡੇ ਸੰਸਦ ਮੈਂਬਰ ਸਾਹਿਬਾਨ ਨੇ, ਉਹ ਸਾਡੀ ਇਸ ਗੱਲ ਦੀ ਆਵਾਜ਼ ਨੂੰ ਵਿਧਾਨ ਸਭਾ ਸਦ ਤੱਕ ਔਰ ਪਾਰਲੀਮੈਂਟ ਤੱਕ ਪਹੁੰਚਾਉਣਗੇ ਤਾਂ ਕਿ ਜੋ ਸਾਡੇ ਪਿਛਲੇ ਲੰਬੇ ਸਮੇਂ ਤੋਂ ਜੋ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਨੇ, ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੈ, ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲਈ ਹੈ, ਭਾਵੇਂ